ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਲੰਧਰ 'ਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਸਨ। ਇਸ ਮੌਕੇ ਜਦੋਂ ਪੱਤਰਕਾਰਾਂ ਦੇ ਵੱਲੋਂ ਮਨਪ੍ਰੀਤ ਬਾਦਲ ਤੋਂ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕੀ ਕਿਹਾ, ਤੁਸੀਂ ਖੁਦ ਹੀ ਸੁਣ ਲਓ। ਇਹਦਾ ਤਾਂ ਜਵਾਬ ਸਿੱਧੂ ਸਾਹਿਬ ਹੀ ਦੇ ਸਕਦੇ ਆ, ਪਰ 70-72 ਸਾਲ ਹੋ ਗੁਜ਼ਰੇ ਆ, ਬੜੀ ਸ਼ਿੱਦਤ ਨਾਲ ਇੰਤਜ਼ਾਰ ਸੀ ਕਿ ਇਹ ਖੁੱਲ੍ਹ ਜਾਏ। ਸਭ ਮੈਂ ਦਰਅਸਲ ਇਸ ਤਰ੍ਹਾਂ ਕਿ ਮੈਂ ਸਿੱਧੂ ਸਾਹਿਬ ਦਾ ਤਰਜਮਾਨ ਤਾਂ ਨਹੀਂ ਹੈ, ਸੋ ਇਹ ਤਾਂ ਸਿੱਧੂ ਸਾਹਿਬ ਹੀ ਦੱਸ ਸਕਦੇ ਆ ਵੀ ਜਾਣਗੇ ਕਿ ਨਹੀਂ। ਬਟ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਵੀ ਕੈਬਨਿਟ ਦੇ ਮੰਤਰੀ MLA ਹੈ ਉਹ ਪਹਿਲੇ ਦਿਨ ਅਸੀਂ ਸਾਡੀ ਇਹ ਹਰ ਮੁਮਕਿਨ ਕੋਸ਼ਿਸ਼ ਹੈ, ਅੱਗੇ ਤਾਂ ਜੋ ਵੀ ਜਾਂ ਵੀਜ਼ਾ ਜਾਂ ਉਹ ਤਾਂ ਦੂਸਰੇ ਮੁਲਕ ਦਾ ਗੱਲ ਹੈ, ਪਰ ਅਸੀਂ ਜ਼ਰੂਰ ਉੱਥੇ ਜਾਵਾਂਗੇ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਵੱਲੋਂ ਲਗਾਈ ਗਈ $20 ਫੀਸ 'ਤੇ ਕਿਹਾ ਕਿ ਪਾਕਿਸਤਾਨ ਦਾ ਆਪਣਾ ਨਿੱਜੀ ਫੈਸਲਾ ਹੈ, ਪਰ ਭਾਰਤ ਦੇ ਵਿੱਚ ਕਿਸੇ ਵੀ ਗੁਰਧਾਮਾਂ ਦੇ ਦਰਸ਼ਨਾਂ ਲਈ ਅਜਿਹੀ ਫੀਸ ਨਹੀਂ ਲਗਾਈ ਜਾਂਦੀ, ਸੋ ਪਾਕਿਸਤਾਨ ਨੂੰ ਇਸ 'ਤੇ ਗੌਰ ਕਰਨਾ ਚਾਹੀਦਾ। ਦਰਅਸਲ ਹੈ ਕਿ ਇੱਕ ਬਗਾਨਾ ਮੁਲਕ ਹੈ, ਹੁਣ ਬਗਾਨੇ ਮੁਲਕ ਨੇ ਜੋ ਵੀ ਫੈਸਲਾ ਕਰਤਾ ਨਾ ਤਾਂ ਸਾਡਾ ਉਹਨਾਂ 'ਤੇ ਕੋਈ ਇਖਤਿਆਰ ਹੈ, ਨਾ ਸਾਡੇ ਨਾਲ ਸਾਡੀ ਉਹਨਾਂ ਨਾਲ ਕੋਈ ਰਵਾਦਾਰੀ ਹੈ। ਔਰ ਮੈਨੂੰ ਲੱਗਦਾ ਹੈ ਕਿ, ਔਰ ਮੈਂ ਸ਼ਾਇਦ ਗਲਤ ਵੀ ਹੋ ਸਕਦਾ ਹੈ, ਆਪਾਂ ਨੂੰ ਤਾਂ ਇਹ ਲੱਗਦਾ ਹੈ ਕਿ ਜਿੱਥੇ ਵੀ ਦਰਸ਼ਨ ਹੁੰਦੇ ਆ ਖੁੱਲ੍ਹੇ ਹੁੰਦੇ ਆ, ਦਰਸ਼ਨਾਂ ਵਾਸਤੇ ਕੋਈ ਚਾਰਜ ਨਹੀਂ ਹੁੰਦਾ। ਪਰ ਮੈਨੂੰ ਇਹ ਦੱਸਿਆ ਗਿਆ ਕਿ ਜਦੋਂ ਲੋਕ ਹੱਜ ਵਾਸਤੇ ਵੀ ਜਾਂਦੇ ਆ, ਮੱਕੇ ਮਦੀਨੇ ਵੀ ਜਾਂਦੇ ਆ, ਉੱਥੇ ਵੀ ਕੋਈ ਨਾ ਕੋਈ ਫੀਸ ਸਾਊਦੀ ਅਰਬ ਲਾਉਂਦਾ, ਤਾਂ ਕਈ ਵਾਰੀ ਕੀ ਹੁੰਦਾ ਕਲਚਰਲ ਡਿਫਰੈਂਸਿਸ ਹੁੰਦੇ ਆ ਕਿ ਉਹਨਾਂ ਨੂੰ ਇਹ ਪਤਾ ਨਹੀਂ ਕਿ ਸਾਡੇ ਇਸ ਮੁਲਕ ਦੇ ਵਿੱਚ ਨਾ ਮੰਦਿਰ ਦੇ ਵਿੱਚ ਨਾ ਗੁਰਦੁਆਰੇ 'ਚ ਕਿਤੇ ਕੋਈ ਫੀਸ ਨਹੀਂ ਲੱਗਦੀ। ਔਰ ਹੋ ਸਕਦਾ ਇੱਕ ਵਾਰੀ ਇਹ ਸ਼ੁਰੂ ਸਿਲਸਿਲਾ ਸ਼ੁਰੂ ਹੋ ਜਾਏ ਤਾਂ ਫਿਰ, ਔਰ ਜਾਂ ਹਲੇ ਤਾਂ ਸਾਡੇ ਰਿਸ਼ਤਿਆਂ ਦੇ ਵਿੱਚ ਬੜੀ ਕਸ਼ੀਦਗੀ ਹੈ, ਜਦੋਂ ਕਿਤੇ ਪਰਮਾਤਮਾ ਕਰੇ ਇਹ ਕਸ਼ੀਦਗੀ ਖਤਮ ਹੋ ਜਾਏ ਤਾਂ ਫਿਰ ਉਹਨਾਂ ਨੂੰ ਅਸੀਂ ਸਮਝਾ ਵੀ ਸਕਦੇ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ, ਦੈਨਿਕ ਸੁਰਾ TV।